बिस्मिल्लाहिर्रहमानिर्रहीम, अल्हम्दुलिल्लाहि रब्बिल आलमीन, अस्सलामु अलैकुम। उम्मीद है सब दोस्त, सब भाई, सब व्यूवर्स खैरियत नाल होवो दे। दोस्तों, आज फिर तुहाडे वास्ते एक छोटा जिहा टॉपिक है। अज मैं वेख्या है एक ग्रुप विच, उस ते मैं समझिया कि गल करनी जरूरी है, ते इंशाल्लाह कोशिश करदा रहांगा तुहाडे नाल अच्छी तो अच्छी गल करनी, इन्फॉर्मेशन शेयर करनी। अज इस टॉपिक ते दोस्तों वीडियो वे के मझ या गां या वैड़ी फल सट देनियां, बच्चा गिरा देनियां या बच्चा फेंक देनियां, या बारशन कह लो, और बहुत से नाम ने, लेकिन तुसी समझ जाओ दे क्यों सट दियां। कुछ साड़ी गलतियां, असी गलती खुद करने, असी अपने पैरां ते आप कुहाड़ी मारने हां। असी जिस काम विच, एक मेरा दोस्त है मिर्ज़ा तनवीर, जेलम जेलम दा दोस्त है, वो माशाल्लाह काफ़ी इंट्रस्ट रखता है, करना भी चाहता है, कर भी रहा बकायदा। तो वो कल ना उहदे नाल गपशप हो रही, कहता कि मेरी कोशिश होंगी रात दिन ऐसे काम में ही, मैं खुद ऐसे काम में ही रात दिन अपनी मेरा सार, यानी कि दिल यानी कि सारा दिन एक होंगे ना जेन ऐसे तो पासे ऐसे काम, क्यों मैं कर रहा वा, मैं करता रहा वा, मैं करना ही है वे। ਤੇ ਜਿਹੜਾ ਵੀ ਕੰਮ ਹੈ ਦੋਸਤੋ ਤੁਹਾਡਾ, ਮਤਲਬ ਕੋਈ ਵੀ ਫੀਲਡ ਹੈ, ਡੇਰੀ ਤੋਂ ਇਲਾਵਾ, ਜਾਨਵਰਾਂ ਤੋਂ ਇਲਾਵਾ, ਵੱਛੇ ਰੱਖੇ ਨੇ ਕਿਸੇ, ਕੱਟੇ ਕਿਸੇ, ਬੱਕਰੀਆਂ ਕਿਸੇ, ਕੋਈ ਵੀ ਕੋਈ ਫੈਕਟਰੀਆਂ ਨੇ, ਉਸ ਕੰਮ ਦੇ ਵਿੱਚ ਵੜ ਜਾਓ। ਵਿੱਚ ਮਰਾ ਦੂ ਮਸਲਨ ਐਵੇਂ, ਕੁਝ ਵਾਰੀ ਮੈਂ ਦੋਸਤ ਕਹਿੰਦੇ ਨੇ ਪੰਜਾਬੀ ਬੋਲਣਾ, ਠੀਕ ਹੈ, ਅਤੇ ਮੈਂ ਪੰਜਾਬੀ ਹਾਂ, ਕੋਸ਼ਿਸ਼ ਕਰਦਾ ਰਹਾਂ ਉਰਦੂ ਤੁਹਾਡੇ ਨਾਲ ਗੱਲ ਕਰਦਾ ਰਹਾਂ। ਕੁਝ ਦੋਸਤ ਕਹਿੰਦੇ ਨੇ ਪੰਜਾਬੀ 'ਚ ਕਰਿਆ ਕਰ, ਕੁਝ ਦੋਸਤ ਕਹਿੰਦੇ ਨੇ ਉਰਦੂ 'ਚ, ਅਤੇ ਇਨਸ਼ਾਅੱਲਾ ਮਿਕਸ ਕੰਮ ਚੱਲਦਾ ਰਹੇਗਾ। ਚਲੋ ਇਨਸ਼ਾਅੱਲਾ ਅੱਲਾ ਪਾਕ ਖੈਰ ਕਰੇਗਾ। ਅਤੇ ਗੱਲ ਕਰ ਰਿਹਾ ਸੀ ਕਿ ਜਿਹੜੀ ਸ਼ੀ ਫੀਲਡ ਹੈ, ਜਿਹੜਾ ਕੰਮ ਹੈ, ਕੋਸ਼ਿਸ਼ ਕਰੋ ਜਿੰਨਾ ਕੁਛ ਸਿੱਖ ਸਕਦੇ ਹੋ। ਅਸੀਂ ਸਿੱਖੇ ਨਹੀਂ ਹਾਂ, ਅਸੀਂ ਸਿੱਖਦੇ ਨਹੀਂ, ਅਸੀਂ ਉਹੀ ਪੁਰਾਣੇ ਤਰੀਕੇ ਨੇ, ਲੇਕਿਨ ਗੱਲਾਂ ਮਾਲੂਮਾਤ ਇਨਫਾਰਮੇਸ਼ਨ ਲੈਣੀ ਚਾਹੀਦੀ ਜਿੰਨੀ ਲੱਭੇ ਜਿੱਥੋਂ ਮਿਲੇ, ਐ ਨਹੀਂ ਉਧਰੋਂ ਮਿਲ ਰਹੀ ਉਧਰੋਂ ਮਿਲ ਰਹੀ, ਜਿੱਥੋਂ ਮਿਲੇ ਜਿਸ ਕੰਮ ਦੀ ਚੀਜ਼ ਹੈ ਉਸ ਨੂੰ ਲੈ ਲਓ, ਸੇਵ ਕਰ ਲਓ, ਲਿਖ ਲਓ, ਵੀਡੀਓ ਸੇਵ ਕਰ ਲਓ, ਕੋਈ ਵੀ ਚੀਜ਼ ਹੈ ਦੋਸਤੋ। ਅੱਜ ਇੱਕ ਮੈਂ ਵੀਡੀਓ ਮੈਂ ਆਖਰ ਤੇ ਇਨਸ਼ਾਅੱਲਾ ਐਡ ਕਰਾਂਦਾ ਜਾਂ ਕੋਸ਼ਿਸ਼ ਕਰਦਾ, ਮੈਂ ਪਹਿਲੇ ਐਡ ਕਰ ਲਾਂ, ਤੁਸੀਂ ਵੇਖ ਲਓ ਦੋਸਤੋ। ਉਦੋਂ ਮੈਂ ਤੁਹਾਨੂੰ ਦੱਸਣਾ ਵੀਡੀਓ ਕੀ ਸੀ, ਠੀਕ ਹੈ ਦੋਸਤੋ। ਕੱਲ੍ਹ ਉਹਨਾਂ ਮੱਝ ਚੈੱਕ ਕਰਾਈ ਆਪਣੀ, ਠੀਕ ਹੈ, ਮੱਝ ਅੱਜ ਉਸ ਬੰਦੇ ਨੇ ਆਖਿਆ ਜੀ ਕੱਲ੍ਹ ਮੱਝ ਚੈੱਕ ਕਰਾਈ ਡਾਕਟਰ ਨੂੰ, ਅਤੇ ਮੱਝ ਖਾਲੀ ਸੀ, ਅਤੇ ਅੱਜ ਇਹ ਗੰਦ ਸੱਟ ਰਹੀ। ਜਿਹੜੇ ਦੋਸਤ ਸਮਝਦੇ ਸਨ ਜਾਂ ਜਿਹਨਾਂ ਦੋਸਤਾਂ ਸ਼ਾਇਦ ਵੇਖੀ ਵੀ ਹੋਵੇ ਵੀਡੀਓ, ਨੈੱਟ 'ਤੇ ਚੜ੍ਹੀ ਸੀ, ਫੇਸਬੁੱਕ 'ਤੇ ਸੀ, ਉਹਨਾਂ ਸਮਝ ਗਏ, ਉਹਨਾਂ ਕਿਹਾ ਨੇ ਬੱਚਾ ਫੈਂਕ ਦਿੱਤਾ ਦੋਸਤੋ। ਇਹ ਗੱਲ ਮੈਂ ਅੱਗੇ ਆਪਣੇ ਵੱਡੇ ਵਡੇਰਿਆਂ ਕੋਲ, ਦੇਖੋ ਅਸੀਂ ਕਹਿੰਦਾ ਵੇਖ ਵਿੱਚ ਕੀ ਇਨਸਾਨ ਕਹਿੰਦਾ ਇਹਦੇ ਅੰਦਰ ਕੀ, ਛੇਤੀ ਛੇਤੀ ਮੈਂ ਵੇਖਾਂ, ਅਖੀਰ ਨਹੀਂ ਵੇਖਣਾ ਚਾਹੀਦਾ, ਕੁਝ ਸਬਰ, ਕੁਝ ਚੀਜ਼ਾਂ ਇਤਿਆਦ ਨਾਲ, ਕਿਉਂਕਿ ਦੋਸਤੋ ਸਭ ਜਾਣਦੇ ਹੋ ਡਾਕਟਰ ਜਿੰਨਾ ਲੰਮਾ ਉਹਦੇ ਅੰਦਰ ਹੱਥ ਨਹੀਂ ਪਾਉਂਦਾ, ਪੂਰੀ ਬਾਂਹ ਪਾਉਂਦਾ, ਮੱਝ ਹੋਵੇ, ਗਾਂ ਹੋਵੇ, ਵੈੜੀ ਹੋਵੇ, ਵੱਛੀ ਹੋਵੇ, ਛੋਟੀ ਹੋਵੇ, ਕੱਟੀ ਹੋਵੇ, ਉਹ ਨਹੀਂ ਵੇਖਦਾ ਛੋਟੀ ਹੈ ਵੱਡੀ ਹੈ। ਅਤੇ ਅਗਲੀ ਗੱਲਾਂ ਸਾਰੇ ਜਾਣਦੇ, ਮੈਂ ਇਤਨੀ ਜ਼ਿਆਦਾ ਖੁੱਲ੍ਹ ਕੇ ਗੱਲ ਨਹੀਂ ਕਰਦਾ ਜਿਹੜਾ ਉਹਦੇ ਨਾਲ ਉਹ ਡਾਕਟਰ ਕਰਦਾ। ਉਹ ਇੱਕ ਦੋ ਵਾਰੀ ਸਾਡੇ ਵੱਡੇ ਵਡੇਰੇ ਕੋਲ ਬੈਠੇ, ਡਾਕਟਰ ਆਇਆ, ਵੈੜੀ ਚੈੱਕ ਕੀਤੀ, ਠੀਕ ਹੈ, ਅਤੇ ਅੱਗੇ ਵੀ ਮਸਲਾ ਬਣਿਆ, ਬਹੁਤ ਸੇ ਬੰਦਿਆਂ ਗੱਲ ਕੀਤੀ ਯਾਰ ਡਾਕਟਰ ਚੈੱਕ ਕਰਕੇ ਗਿਆ, ਦੂਜੇ ਦਿਨ ਫਲ ਸੜ ਛੱਡਦੀਆਂ, ਕਿਉਂ? ਉਹ ਮਤਲਬ ਇੰਨੀ ਬਰਦਾਸ਼ਤ ਨਹੀਂ ਹੁੰਦੀ ਉਹਨਾਂ ਦੀ, ਇੰਨੀ ਯਾਦ ਨਹੀਂ ਹੁੰਦੀ। ਕੋਸ਼ਿਸ਼ ਕਰੋ ਦੋਸਤੋ ਕਿ ਮੱਝਾਂ ਹੁਣ ਵੇ ਸੱਡਾ ਰੱਖੋ, ਠੀਕ ਹੈ, ਉਹ ਦੱਸ ਦਿੰਦਾ ਮੱਝ ਬੋਲੀ ਏ, ਝੋਟੀ ਬੋਲੀ, ਉਹ ਤੁਹਾਨੂੰ ਦੱਸ ਦੇਦਾ। ਫਿਰ ਉਸ ਤੋਂ ਇਲਾਵਾ 21 ਦਿਨ ਗੁਜ਼ਰਦੇ ਨੇ, ਮੱਝ ਏ, ਗਾਂ ਏ, ਬਣਵਾਈ ਏ, ਤੁਸੀਂ ਉਹਦੀ ਡੇਟ ਬਕਾਇਦਾ ਲਿਖੋ, ਠੀਕ ਹੈ, ਡੇਟ ਲਿਖ ਲਓ, 21 ਦਿਨਾਂ ਤੋਂ ਬਾਅਦ ਫਿਰ ਤੁਸੀਂ ਉਹਦੇ ਖਿਆਲ ਰੱਖੋ ਖੁਦ। ਅੱਬਲ ਤਾਂ ਕੁਝ ਦੋਸਤ ਸ਼ੋਕ ਕਰ ਰਹੇ ਨੇ, ਬਾਹਰ ਬਹਿ ਕੇ ਕਰ ਰਹੇ ਨੇ, ਉੱਥੇ ਉਹਨਾਂ ਦੇ ਲੱਗਦੇ ਲੈਂਦੇ ਭਾਈ, ਉਹਨਾਂ ਨੂੰ ਕਈਆਂ ਨੂੰ ਸ਼ੌਕ ਹੈ ਹੀ ਨਹੀਂ, ਉਹ ਆਪਣਾ ਪੈਸਾ ਬਰਬਾਦ ਕਰ ਰਹੇ ਨੇ, ਕਿਉਂਕਿ ਜਾਨਵਰ ਜਿਸ ਚੀਜ਼ ਦਾ ਤੁਸੀਂ ਖੁਦ ਨਹੀਂ ਨਾ, ਉਹ ਕੰਮ ਨਹੀਂ ਕਰ ਹੋ ਸਕਦਾ, ਬਹੁਤ ਮੁਸ਼ਕਲ ਹੈ। ਕਈਆਂ ਦਾ ਚੱਲਦਾ ਵੀ ਰਿਹਾ ਹੋਵੇ ਤਾਂ ਮੈਂ ਨਹੀਂ ਕਹਿੰਦਾ ਨਾ ਚੱਲੇ, ਅੱਲਾ ਪਾਕ ਚਲਾਏ, ਲੇਕਿਨ ਮੁਸ਼ਕਲ ਹੈ। ਜਾਨਵਰ ਨੇ, ਬੇਜ਼ਬਾਨ ਨੇ, ਕੁਝ ਲੋਕ, ਕੁਝ ਦੋਸਤ, ਕੁਝ ਭਾਈ ਨਹੀਂ ਇਸ ਇਹਨਾਂ ਚੀਜ਼ਾਂ ਨੂੰ ਸਮਝਦੇ, ਬਹੁਤ ਸੀ ਗੱਲਾਂ ਅੱਗੇ ਆ ਰਹੀਆਂ ਨੇ। ਮੈਨੂੰ ਵੀਡੀਓ ਬਣਾਉਣ ਦਾ ਕੋਈ ਮਸਲਾ ਨਹੀਂ, ਠੀਕ ਹੈ, ਮੈਂ ਇਤਨੇ ਕੁ ਟਾਪਿਕ ਨੇ, ਯਕੀਨ ਮੰਨੋ ਹੱਦ ਤੋਂ ਜ਼ਿਆਦਾ ਮੈਂ ਤੁਹਾਡੇ ਨਾਲ ਦੋ ਦੋ ਘੰਟੇ, ਤਿੰਨ ਤਿੰਨ ਘੰਟੇ ਬਹਿ ਕੇ ਗੱਲ ਕਰ ਸਕਦਾ ਵਾਂ, ਲੇਕਿਨ ਵੀਡੀਓ ਅਪਲੋਡ ਨਹੀਂ ਹੁੰਦੀ। ਸ਼ਾਇਦ ਮਸਲਾ ਮੇਰੇ ਕੋਲ ਵਾਈਫਾਈ ਹੈ, ਨੈੱਟ ਦਾ ਮਸਲਾ, ਸਪੀਡ ਦਾ, ਮੈਂ ਇਨਸ਼ਾਅੱਲਾ ਕੋਸ਼ਿਸ਼ ਕਰ ਰਿਹਾ ਠੀਕ ਹੋ ਜਾਵੇ, ਲੇਕਿਨ ਹੋਰ ਤੂੰ ਬੇ ਖਰਾਬ ਤੋਂ ਖਰਾਬ ਹੁੰਦਾ ਜਾ ਰਿਹਾ। ਚਲੋ ਖੈਰ ਹੋਵੇ, ਅੱਲਾ ਪਾਕ ਖੈਰ ਕਰੇ। ਦੱਸ ਦੋਸਤੋ, ਟਾਪਿਕ 'ਤੇ ਆਉਂਦੇ ਹਾਂ, ਜੇ ਟਾਪਿਕ ਸੀ ਕਿ ਕਿਉਂ ਫੈਂਕਦੀਆਂ ਨੇ ਦੋਸਤੋ। ਇੱਕ ਐਜ਼ ਇਲਾਵਾ ਇੱਕ ਹੋਰ ਹੁੰਦਾ ਵਾਇਰਸ, ਜਿਹਦੇ 'ਚ ਹੁੰਦਾ, ਉਹਦੇ ਮੈਂ ਬਾਰੇ 'ਚ ਇਨਸ਼ਾਅੱਲਾ ਤੁਹਾਨੂੰ ਵੀ ਇੱਕ ਵੀਡੀਓ ਬਣਾ ਕੇ ਦਿਆਂਗਾ। ਉਹਦੇ 'ਚ ਕੀ ਹੁੰਦਾ ਕਿ ਇੱਕ ਵਬਾ ਜੀ ਫੈਲੀ ਹੁੰਦੀ, ਗਰਮੀ 'ਚ ਕਈ ਮੌਸਮ ਹੁੰਦਾ, ਉਹਦਾ ਗਰਮੀ ਜ਼ਿਆਦਾਤਰ ਆਉਂਦੀ, ਉਹਦੇ ਵਿੱਚ ਕਿ ਡੰਗਰ ਇੱਕ ਫੈਂਕਦਾ ਨਾਲ, ਉਹਦੇ ਨਾਲ ਮੁਹੱਲੇ ਵਿੱਚ ਜਾਂ ਉਸ ਫਾਰਮ 'ਤੇ, ਫਿਰ ਦੂਜੀਆਂ ਵੀ ਦੋ ਚਾਰ ਸੱਟ ਦਿੰਦੀਆਂ,
ਉਹਦਾ ਵੀ ਇਲਾਜ ਹੈ ਨੇ, ਉਹਦੇ ਵੀ ਕੰਟਰੋਲ ਨੇ, ਡਾਕਟਰ ਨਾਲ ਬੰਦਾ ਗੱਲਬਾਤ ਕਰਕੇ, ਯਾਨੀ ਕਿ ਉਹਦੀ ਮੈਂ ਪੂਰੀ ਤਫਸੀਲ ਇਨਸ਼ਾਅੱਲਾ ਦੇਣਾ। ਇਸ ਵੀਡੀਓ 'ਚ ਗੱਲ ਨਹੀਂ ਹੋਣੀ, ਲੇਕਿਨ ਇਸ ਵੀਡੀਓ ਦਾ ਮਕਸਦ ਇੰਨਾ ਹੈ ਕਿ ਡੰਗਰਾਂ ਨੂੰ ਚੈੱਕ ਇਤਨੀ ਜਲਦੀ ਨਾ ਕਰਾਓ, ਕੋਸ਼ਿਸ਼ ਕਰੋ। ਪਹਿਲਣਾ ਵਹਿੜੀਆਂ ਨੇ, ਦੂਜਣਾ ਨੇ, ਮੱਝਾਂ ਨੇ, ਗਾਵਾਂ ਨੇ, ਕੋਸ਼ਿਸ਼ ਕਰੋ ਕਿ ਤੁਸੀਂ ਵੇਖ ਲਓ ਜੀ ਮੱਝ ਬੋਲੀ ਨਹੀਂ, ਮਤਲਬ ਮੱਝ ਨਹੀਂ ਬੋਲੀ ਮਹੀਨੇ ਤੋਂ ਬਾਅਦ, ਡੇਢ ਤੋਂ ਬਾਅਦ, ਦੋ ਤੋਂ ਬਾਅਦ ਸਮਝੋ ਰਹਿ ਗਈ, ਉਹ ਡੋਕੇ ਸ਼ੋਕੇ ਛੱਡ ਦੇ ਦੀ ਜੀ। ਉਸ ਤੋਂ ਬਾਅਦ ਜੀ ਮੱਝ ਦਾ ਦੁੱਧ ਹੁੰਦਾ ਜੀ, ਗਾਂ ਵੇ ਮੱਝ, ਉਹਨਾਂ ਦਾ ਦੁੱਧ ਚੈੱਕ, ਦੁੱਧ ਚੈੱਕ ਕਈ ਸਿਆਣੇ ਬੰਦੇ ਨੇ ਉਹ ਦੁੱਧ ਦੀ ਧਾਰ ਮਾਰਦੇ ਨੇ, ਪੀਂਦੇ ਨੇ, ਅਤੇ ਉਹ ਦੱਸ ਦਿੰਦੇ ਨੇ ਜੀ ਇਹ ਮੱਝ ਗੱਭਣੇ ਜਾਂ ਨਹੀਂ, ਠੀਕ ਹੈ। ਉਹ ਦੁੱਧ ਯਾਨੀ ਕਿ ਨਮਕੀਨ ਹੋਵੇ ਦਾ ਕਿ ਮੱਝ ਕੀ ਨਾਮ ਏ, ਮੱਝ ਏ ਜਾਂ ਗਾਂ ਵੇ, ਉਹ ਸਮਝੋ ਗੱਭਣ ਨਹੀਂ। ਟੂਣੇ ਨੇ ਕਨਫਰਮ ਨਹੀਂ ਕਿ ਮੈਂ ਕਹਾਂ ਤੋਂ 99% ਹੈ ਕਨਫਰਮ ਗੱਲ ਨਹੀਂ। ਬਿਹਤਰ ਹੱਲ ਇਹ ਹੁੰਦਾ ਕਿ ਤੁਸੀਂ ਮੱਝ ਜਾਂ ਗਾਂ ਬਣਵਾਈ, ਉਹਦੀ ਡੇਟ ਲਿਖ ਲਓ, ਉਸ ਤੋਂ ਬਾਅਦ 21 ਦਿਨਾਂ ਬਾਅਦ ਵੇਖੋ ਨਹੀਂ ਬੋਲੀ, ਅਲਹਮਦੁਲਿਲਾ ਰਹਿ ਜੇ ਜੀ, ਯਾਨੀ ਕਿ 70% 80% ਉਹ ਰਹਿ ਜੇ ਜੀ। ਉਹਨੂੰ ਕੋਸ਼ਿਸ਼ ਕਰੋ ਹੱਥ ਨਾ ਪਵਾਓ ਫਿਰ ਗਰਮੀ ਦੇ ਵਿੱਚ, ਮਸਲਨ ਤੁਸੀਂ ਸਰ ਪਰ ਪਵਾ ਕੇ ਚੈੱਕ ਕਰਨਾ ਹੀ ਹੈ ਵਿੱਚ ਕੀ ਹੈ, ਉਹਨੂੰ ਤੇਲ ਦੇ ਦਿਓ ਸ਼ਾਮੀ, ਅੱਧ ਪਾ ਪਾਈਆ, ਅੱਧਾ ਕਿਲੋ, ਜਿਤਨਾ ਜਾਨਵਰ ਹੈ ਵੇ ਉਤਨਾ ਤੇਲ ਉਹਨੂੰ, ਰਾਤੀ ਸਰਸੋਂ ਦਾ ਤੇਲ ਉਹਨੂੰ ਦੇ ਦਿਓ, ਉਹਨੂੰ ਨਵਾਓ, ਠੀਕ ਹੈ। ਉਹਨੂੰ ਯਾਨੀ ਕਿ ਕੋਸ਼ਿਸ਼ ਬਿਹਤਰ ਹਾਲ ਲੈ ਕੇ ਰਹਿ ਜਾਓ, ਫਾਇਦਾ ਕੋਈ ਨਹੀਂ। ਗੱਬਣ ਮਾਈ ਸੀ ਉਹਨੂੰ ਭਾਈ ਹੋਰਾਂ ਦੀ, ਉਹਨਾਂ ਜਾਨ ਕਰ ਛੱਡੀ ਹੈ, ਗਾਂ ਮੱਝ ਫਲ ਸੜ ਦਿੰਦੀ ਨਾ, ਤਕਰੀਬਨ ਉਹਦਾ ਸੂਬਾ ਖਤਮ ਹੋ ਜਾਂਦਾ ਜੀ। ਉਹ ਅੱਗੋਂ ਉਹਦੀ ਰਹਿਮ ਵਿੱਚ ਇਨਫੈਕਸ਼ਨ ਬਣ ਜਾਂਦਾ, ਨਾ ਉਹ ਜੇਰ ਸੱਟਦੀ ਹੈ, ਨਾ ਉਹ ਗੰਦ ਸੱਟਦੀ, ਉਹ ਬੜੀ ਮੁਸ਼ਕਲ ਨਾਲ ਆਪਣੀ ਰੂਟੀਨ 'ਤੇ ਆਉਂਦੀ ਹੈ। ਉਹ ਵੀ ਉਸ ਤੋਂ ਬਾਅਦ ਜਿਹੜੇ ਦੋਸਤ ਜਾਣਦੇ ਨੇ ਕਿਵੇਂ ਉਹਨੂੰ ਆਪਣੀ ਰੂਟੀਨ 'ਤੇ ਲੈ ਕੇ ਆਉਣਾ, ਕਿਵੇਂ ਉਹਦਾ ਇਲਾਜ ਕਰਨਾ, ਕਿੰਜ ਕਰਨਾ, ਉਹ ਕਰ ਸਕਦੇ। ਨਵੇਂ ਬੰਦੇ ਜਿਹੜੇ ਨਵੇਂ ਫਾਰਮਰ ਨੇ, ਉਹਨਾਂ ਵਾਸਤੇ ਉਹ ਜਾਨਵਰ ਬੇਕਾਰ ਹੈ, ਕਿਉਂ ਉਹ ਇੰਨੀਆਂ ਚੀਜ਼ਾਂ ਨੂੰ ਉਹ ਨਹੀਂ ਜਾਣਦੇ। ਬਹੁਤ ਸੇ ਦੋਸਤ ਐਸੇ ਨੇ ਜਿਹੜੇ ਨਵੇਂ ਇਸ ਫੀਲਡ 'ਚ ਆ ਰਹੇ ਨੇ, ਯਕੀਨ ਮੰਨੋ ਕੁਝ ਨਹੀਂ ਜਾਣਦੇ। ਅਤੇ ਛੋਟੀ ਛੋਟੀ ਬੰਦਾ ਹੈ ਵੇ, ਇਨਸਾਨ ਹੈ, ਜਾਨਵਰ ਹੈ, ਬਿਮਾਰ ਹੁੰਦਾ, ਚੰਗੀ ਮਾੜੀ ਸਭ ਕੁਛ ਨਾਲ ਹੈ ਤੁਹਾਡੇ, ਲੇਕਿਨ ਹਰ ਚੀਜ਼ ਦਾ ਹੱਲ ਹੈ, ਹਰ ਚੀਜ਼ ਦਾ ਇਲਾਜ ਹੈ, ਹਰ ਮਸਲੇ ਦਾ ਇਲਾਜ ਹੈ, ਠੀਕ ਹੈ। ਪਹਿਲੇ ਬੰਦਾ ਕੰਟਰੋਲ ਕਰ ਲੈ ਨਾ, ਉਹ ਬਿਹਤਰ ਹੋ ਜਾਂਦਾ। ਜੋ ਜਿਹੜੀ ਵੀ ਚੀਜ਼ ਹੈ, ਜਿਤਨੀ ਲੇਟ ਕੰਟਰੋਲ ਕਰੋ, ਉਹਦੇ ਨਾਲ ਇਤਨੀ ਮੁਸ਼ਕਲ ਤੁਹਾਡੇ ਵਾਸਤੇ ਹੋ ਜਾਂਦੀ ਉਸ ਚੀਜ਼ ਨੂੰ ਕੰਟਰੋਲ ਕਰਨਾ। ਅਤੇ ਕੋਸ਼ਿਸ਼ ਕਰੋ ਕਿ ਹੱਥ ਨਾ ਪਵਾਓ ਡੰਗਰਾਂ ਨੂੰ, ਬਿਹਤਰ ਹੱਲ ਹੈ ਕਿ ਉਹਨੂੰ ਯਾਨੀ ਕਿ ਡੰਗਰ ਬਣਵਾਇਆ ਹੈ, ਉਹਦੀ ਡੇਟ ਲਿਖ ਲਓ, ਫਿਰ ਵਹਿੰਦੇ ਰਹੋ, ਡੰਗਰ ਬੋਲਿਆ ਤਾਂ ਨਹੀਂ, ਡੰਗਰ ਫਿਰ ਉਸ ਤੋਂ ਬਾਅਦ ਡੰਗਰ ਤਾਰਾਂ ਕਰਦਾ ਹੈ, ਮਤਲਬ ਡੰਗਰ ਰਹਿ ਜਾਂਦਾ ਨਾ, ਡੰਗਰ ਪੀਲੇ ਜੇ ਫੁੱਟ ਕਰੇ ਤਾਂ ਸਮਝੋ ਰਹਿ ਗਿਆ। ਹੋਰ ਬਹੁਤ ਨਿਸ਼ਾਨੀਆਂ ਹੁੰਦੀਆਂ ਨੇ, ਡੰਗਰ ਜੇ ਪਤਲਾ ਪਾਣੀ ਅਰਜਾਲਾ ਕਰੇ ਦਾ ਨਾ, ਅਤੇ ਉਹ ਵੀ ਸਮਝੋ ਡੰਗਰ ਨਹੀਂ ਰਹੇ, ਡੰਗਰ ਯਾਨੀ ਕਿ ਬੋਲੇ ਦਾ, ਫਿਰ ਉਹਨੂੰ ਚੈੱਕ ਕਰਾ ਲਓ, ਟਰਾਈ ਕਰ ਲਓ, ਉਹ ਵੀ 1 ਮਹੀਨਾ 2 ਮਹੀਨਾ ਸਬਰ ਕਰ ਲਓ, ਸਬਰ ਦਾ ਫਲ ਬੜਾ ਮਿੱਠਾ। ਅਤੇ ਕੋਸ਼ਿਸ਼ ਕਰਿਆ ਕਰੋ ਹਰ ਮਾਮਲੇ 'ਚ, ਹਰ ਗੱਲ 'ਚ ਸਬਰ ਬੜੀ ਚੀਜ਼ ਹੁੰਦਾ, ਕੋਸ਼ਿਸ਼ ਕਰ ਸਕਦਾ ਇਨਸਾਨ, ਦੁਆ ਵੀ ਕਰ ਸਕਦਾ ਅਤੇ ਕਰਨੀ ਚਾਹੀਦੀ ਹੈ। ਅਤੇ ਉਸ ਤੋਂ ਇਲਾਵਾ ਆ ਗਈ ਗੱਲ ਕਿ ਡੰਗਰ ਮਤਲਬ ਜਿਸ ਟਾਈਮ ਬੈਠੇ ਹੁੰਦੇ ਨੇ ਆਪਣੇ, ਚੱਕਰ ਮਾਰੋ ਵਾੜੇ 'ਚ, ਘਰ ਬੈਠੇ ਨੇ, ਅੰਦਰ ਬੈਠੇ ਨੇ, ਡੰਗਰ ਵੇਖੋ ਥੱਲੇ ਪਾਣੀ ਵਗੈਰਾ ਕਈਆਂ ਸੱਟਿਆ ਹੁੰਦਾ, ਕਈਆਂ ਗੰਦ ਸੱਟਿਆ ਹੁੰਦਾ। ਜਿਸ ਬੰਦੇ ਜਾਨਵਰ ਰੱਖੇ ਹੁੰਦੇ ਨਾ, ਜਿਹੜਾ ਬੰਦਾ ਜਾਨਵਰਾਂ ਦੇ ਵਿੱਚ ਹੁੰਦਾ, ਜਿਹੜਾ ਕੋਲ ਹੁੰਦਾ, ਉਹ ਅੱਧਾ ਡਾਕਟਰ ਹੁੰਦਾ, ਜਾਂ ਡਾਕਟਰ ਤੁਸੀਂ ਬੁਲਾਉਂਦੇ ਹੋ ਨਹੀਂ ਜਾਣਦਾ, ਤੁਸੀਂ ਉਸ ਤੋਂ ਜ਼ਿਆਦਾ ਜਾਣਦੇ ਹੋ, ਤੁਸਾਂ ਉਹਨੂੰ ਦੱਸਣਾ ਹੁੰਦਾ ਐਂ ਜੇ ਐਂ ਜੇ ਡਾਕਟਰ ਨਹੀਂ, ਤੁਸੀਂ ਅੱਧੇ ਡਾਕਟਰ ਖੁਦ ਹੁੰਦੇ ਹੋ, ਤੁਸਾਂ ਆਪਣੇ ਜਾਨਵਰ ਦਾ ਅੱਧਾ ਇਲਾਜ ਖੁਦ ਕਰਨਾ। ਇਸ ਚੀਜ਼ ਨੂੰ ਸਮਝੋ, ਜਿਹੜੀ ਚੀਜ਼ ਹੋਵੇ ਉਹ ਲਿਖੀ ਜਾਓ, ਜਿਹੜੀ ਚੀਜ਼ ਹੋ ਜੇ, ਜਿਹੜੀ ਚੀਜ਼ ਤੁਹਾਨੂੰ ਇਨਫਾਰਮੇਸ਼ਨ ਮਿਲੇ, ਕਾਪੀ 'ਤੇ ਲਿਖ ਲਓ, ਵੀਡੀਓ ਸੇਵ ਕਰ ਲਓ, ਜਿਹੜਾ ਨੁਸਖਾ ਹੈ ਇਸ ਮਸਲੇ ਦਾ ਹੱਲੇ, ਇਸ ਮਸਲੇ ਦਾ ਹੱਲੇ, ਇਸ ਮਸਲੇ ਦਾ ਹੱਲੇ, ਲਿਖ ਲਓ, ਫਾਇਦਾ। ਜੇ ਤੁਸੀਂ ਇਸ ਕੰਮ ਨੂੰ ਇੱਕ ਪ੍ਰੋਫੈਸ਼ਨਲ ਕਰਨਾ ਚਾਹੁੰਦੇ ਹੋ, ਜੇ ਤੁਸੀਂ ਇਸ ਕੰਮ ਵਿੱਚ ਸ਼ੌਕ ਕਰਨਾ ਚਾਹੁੰਦੇ ਹੋ, ਜੇ ਤੁਸੀਂ ਇਸ ਕੰਮ ਵਿੱਚ ਕੋਈ 4 ਆਨੇ ਕਮਾਉਣਾ ਚਾਹੁੰਦੇ ਹੋ, ਜਾਂ ਆਪਣੀ ਰੋਜ਼ੀ ਕਮਾਉਣਾ ਚਾਹੁੰਦੇ ਹੋ ਆਪਣੇ ਵਾਸਤੇ, ਆਪਣੇ ਬੱਚਿਆਂ ਵਾਸਤੇ, ਠੀਕ ਹੈ, ਕਾਮਯਾਬੀ ਇਨਸ਼ਾਅੱਲਾ ਤੁਹਾਡਾ ਮੁਕੱਦਰ ਬਣੇਗੀ ਜੇ ਤੁਸੀਂ ਇਸ ਕੰਮ ਨੂੰ ਪ੍ਰੋਫੈਸ਼ਨਲ ਕਰਕੇ ਕਰੋਦੇ। ਨਹੀਂ ਕਰੋਦੇ, ਦਿਲ ਨਾਲ ਨਹੀਂ ਕਰੋਦੇ, ਤਾਂ ਕੋਈ ਫਾਇਦਾ ਨਹੀਂ, ਛੱਡ ਦਿਓ। ਜਾਨਵਰਾਂ ਨੂੰ ਅਜ਼ਾਬ ਮਤ ਦਿਓ, ਆਪਣੇ ਆਪ ਨੂੰ ਅਜ਼ਾਬ ਮਤ ਦਿਓ, ਆਪਣੇ ਘਰ ਵਾਲਿਆਂ ਨੂੰ ਅਜ਼ਾਬ ਮਤ ਦਿਓ, ਖੁਦ ਵੀ ਬਚੋ, ਆਪਣੇ ਜਾਨਵਰਾਂ ਨੂੰ ਵੀ ਬਚਾਓ, ਆਪਣੇ ਘਰ ਵਾਲਿਆਂ ਨੂੰ ਵੀ ਬਚਾਓ, ਠੀਕ ਹੈ। ਇਸ ਮੁਲਕ ਦਾ ਮਤਲਬ ਤੁਸੀਂ ਇਹ ਖੁਸ਼ਹਾਲ ਹੋ, ਇੱਕ ਫਾਰਮਰ ਖੁਸ਼ਹਾਲ ਹੈ, ਤੁਹਾਡੇ ਘਰ ਵਾਲੇ ਖੁਸ਼ਹਾਲ ਹੋਣ ਦੇ, ਤੁਹਾਡੇ ਲੱਗਦੇ ਲਿੰਦੇ ਖੁਸ਼ਹਾਲ ਹੋਣ ਦੇ, ਯਾਨੀ ਕਿ ਤੁਹਾਡੇ ਦੋਸਤ ਵੀ ਤੁਸੀਂ ਵਸਦੇ ਪਿਓ ਨਾ, ਤੁਹਾਡਾ ਬਹੁਤ ਫਾਇਦਾ ਸਭ ਨੂੰ, ਜਿਹੜੇ ਤੁਹਾਡੇ ਦਿਲੀ ਅਜ਼ੀਜ਼ ਨੇ। ਨਹੀਂ ਤਾਂ ਕਈਆਂ ਸਾੜ ਜ਼ਰੂਰ ਹੁੰਦਾ ਹੈ, ਕਈ ਉਂਝ ਵੀ ਵੇਖ ਵੇਖ ਕੇ ਮਰਦੇ ਰਹਿੰਦੇ ਨੇ, ਉਹਨੇ 2 ਕੋਠੇ ਪਾ ਲੈਣੇ, ਉਹ ਉਂਝ ਮਰਦੇ, ਉਹਨੇ ਆਖਿਆ ਪੀੜਾਂ ਅੱਜ ਕੱਲ੍ਹ ਆਪਣੀਆਂ ਨਹੀਂ ਨੇ, ਪੀੜਾਂ ਦੂਜਿਆਂ ਦੀਆਂ ਨੇ, ਉਹਨੇ ਯਾਰ 2 ਕੋਠੇ ਪਾ ਲੈਣ, ਮੇਰੇ ਕੋਲ ਟੁੱਕਰ ਵੀ ਨਹੀਂ। ਦੋਸਤੋ ਮੈਂ ਗੱਲਾਂ ਕਰਦਾ ਰਹਾਂ, ਵੀਡੀਓ ਲੰਮੀ ਹੋ ਜਾਣੀ, ਠੀਕ ਹੈ, ਉਮੀਦ ਹੈ ਤੁਹਾਨੂੰ ਮੇਰੀ ਗੱਲ ਸਮਝ ਆ ਗਈ ਹੋਵੇਗੀ। ਅਗਲੀ ਵੀਡੀਓ ਤੋਂ ਇਜਾਜ਼ਤ ਚਾਹਾਂਗਾ, ਅੱਲਾ ਹਾਫਿਜ਼। ਵੀਡੀਓ ਜ਼ਰੂਰ ਲਾਈਕ ਕਰ ਦਿਓ। ਮੇਰਾ ਨਾਮ ਇਮਰਾਨ ਅਸਲਮ ਹੈ, ਮਾਲਿਸ਼ ਮੈਂ ਦੱਸਣਾ ਭੁੱਲ ਗਿਆ, ਇਮਰਾਨ ਅਸਲਮ ਮੇਰਾ ਨਾਮ ਹੈ ਦੋਸਤੋ। ਅਤੇ ਤੁਸੀਂ ਵੇਖ ਰਹੇ ਹੋ ਮਵੇਸ਼ੀ ਮੰਡੀ TV ਚੈਨਲ, ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਇਨਸ਼ਾਅੱਲਾ ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਹਰ ਟਾਪਿਕ 'ਤੇ, ਹਰ ਮੌਕੇ 'ਤੇ, ਹਰ ਜਗ੍ਹਾ ਤੁਹਾਡੇ ਨਾਲ ਮੈਂ ਕੰਟੈਕਟ 'ਚ ਰਹਾਂ। ਅਤੇ ਦੋਸਤੋ ਉਮੀਦ ਹੈ ਤੁਸੀਂ ਵੀ ਮੇਰੇ ਨਾਲ ਜ਼ਰੂਰ ਰਹੋਗੇ।
ਅਤੇ ਲਾਈਕ ਦਾ ਬਟਨ ਜਿਹੜਾ ਦਬਾ ਦਿਆ ਕਰੋ। ਉਹਦਾ ਮਕਸਦ ਕੀ ਹੁੰਦਾ, ਵੀਡੀਓ ਰੈਂਕ ਕਰਨੀ ਸ਼ੁਰੂ ਹੋ ਜਾਂਦੀ, ਚੈਨਲ ਸਾਡਾ ਕੁਝ ਅਰਸਾ ਬੰਦ ਰਿਹਾ ਅਤੇ ਚੈਨਲ ਰੈਂਕ ਨਹੀਂ ਕਰ ਰਿਹਾ। ਅਤੇ ਬਹੁਤ ਸ਼ੁਕਰੀਆ, ਬਹੁਤ ਦੋਸਤ ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ, ਅਤੇ ਬਹੁਤ ਅੱਛਾ ਲੱਗਦਾ। ਮੈਂ ਕਦੀ ਕਿਸੇ ਦੀ ਗੱਲ ਦਾ ਕੋਈ ਬੁਰਾ ਨਹੀਂ ਮਨਾਇਆ, ਠੀਕ ਹੈ। ਮੈਂ ਜਿਹੜੀ ਗੱਲ ਕਰਦਾ, ਮੈਂ ਤਾਂ ਕਹਿੰਦਾ ਇਹਦੇ ਸ਼ਾਇਦ ਮੇਰੀ ਗੱਲਾਂ 'ਚ ਕੋਈ ਕਮੀ ਬੇਸ਼ੀ ਹੋਵੇ, ਕੋਈ ਗੱਲ ਅੱਛੀ ਬੁਰੀ ਲੱਗੀ ਹੋਵੇ ਤਾਂ ਮਾਜ਼ਰਤ ਜੀ। ਜੋ ਕੁਝ ਮੈਂ ਜਾਣਨਾ ਵਾਂ, ਜੋ ਮੈਂ ਸਮਝਦਾ, ਮੈਂ ਉਹ ਗੱਲ ਕਰਾਂਦਾ। ਉਸ ਤੋਂ ਇਲਾਵਾ ਮੈਂ ਗੱਲ ਨਹੀਂ ਕਰਾਂਦਾ, ਮੈਂ ਕੋਸ਼ਿਸ਼ ਕਰਾਂਦਾ ਕਿ ਵੀਡੀਓ ਵੀ ਨਾਲ ਇਹਦੇ ਅਟੈਚ ਕਰ ਸਕਾਂ ਜੇ ਵੀਡੀਓ ਲੰਬੀ ਨਾ ਹੋਗੀ, ਕਿਉਂਕਿ MB ਜਾਂ ਨਹੀਂ ਅਪਲੋਡ ਹੁੰਦੀ ਵੀਡੀਓ, ਠੀਕ ਹੈ। ਅਤੇ ਅੱਲਾ ਹਾਫਿਜ਼, ਆਪਣਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ ਜੀ। ਓਕੇ ਜੀ।